ਜੀ ਸਾਡੇ ਤੁਸੀਂ ਸਰਪੰਚ ਰੇਖਾ ਰਾਣੀ ਜੀ ਸਾਡਾ ਰਹਿਣਾ ਪੁੱਤੀ ਜ਼ਿਲ੍ਹਾ ਹੁਸ਼ਿਆਰਪੁਰ ਜੀ ਅਸੀਂ ਮੇਨ ਜੀ ਪਿੰਡ 'ਚ ਬਹੁਤ ਮਤਲਬ ਇਹ ਗੰਦਗੀ ਸਾਡੇ ਜਿਹੜੀਆਂ ਬਹੁਤ ਬਹੁਤ ਪੁਰਾਣੀਆਂ ਗਲੀਆਂ ਸੀ ਜੀ ਉਹ ਮਤਲਬ ਜਿਹੜੀ ਪਹਿਲਾਂ ਵੀ ਪੰਜਾਬ ਤੱਕ ਕਾਫੀ ਆਈਆਂ ਜੀ ਨਹੀਂ ਮਤਲਬ ਉੱਧਰ ਜਿਹੜੀ ਹਰੀਜਨਾਂ ਵਾਲੀਆਂ ਜ਼ਿਆਦਾ ਗੰਦਗੀਆਂ ਵਾਲੀਆਂ ਸੀ ਅਸੀਂ ਉਹ ਬਣਾਈਆਂ ਜੀ ਅੱਠ ਨੌ ਗਲੀਆਂ ਬਣਾਈਆਂ ਜੀ ਸਾਨੂੰ ਗੌਰਮੈਂਟ ਨੇ ਕਾਫੀ ਪੈਸੇ ਦਿੱਤੇ ਆ ਜੀ ਅਤੇ ਉਹਦੇ ਕਰਕੇ ਅਸੀਂ ਕਾਫੀ ਪਿੰਡ ਦਾ ਵਿਕਾਸ ਕੀਤਾ ਜੀ ਬਾਕੀ ਅਸੀਂ 500 ਮਤਲਬ ਪਜਾਮਾ ਸਾਹਿਬ 'ਚ ਵੀ ਬੂਟੇ ਲਗਾਏ ਜੀ 550 ਬੂਟੇ ਜੀ ਅਤੇ ਵਧੀਆ ਬੂਟੇ ਹੋਏ ਹੋਏ ਆ ਜੀ ਉਹ ਆਪਣੇ ਸ਼ਮਸ਼ਾਨ ਘਾਟ 'ਚ ਅਤੇ ਕੰਮ ਸਾਡੇ ਪਿੰਡ ਦਾ ਬਹੁਤ ਵਧੀਆ ਚੱਲ ਰਿਹਾ ਜੀ ਅਤੇ ਨਰੇਗਾ 'ਚ ਵੀ ਅਸੀਂ ਮਤਲਬ ਵੀ ਵੱਧ ਚੜ੍ਹ ਕੇ ਮਤਲਬ 100-100 ਦਿਨ ਅੱਗੇ ਪਿੱਛੇ ਲਵਾਤਾ ਜੀ ਲੇਬਰ ਦਾ ਹੁਣ ਗਾਹਾਂ ਫੇਰ ਵੀ ਉਹਨਾਂ ਦਾ ਕੰਮ ਬਹੁਤ ਵਧੀਆ ਪਿੰਡ 'ਚ ਚੱਲ ਰਿਹਾ ਜੀ ਇੱਕ ਨਰਸਰੀ ਹੈ ਜੀ ਆਪਣੇ ਇੱਥੇ ਫਗਲਾਣਾ ਉੱਥੇ ਡੇਲੀ ਅਸੀਂ 22-23 ਮੈਂਬਰ ਕੰਮ 'ਤੇ ਭੇਜਦੇ ਹਾਂ ਜੀ ਕਰੋਨਾ ਵੈਸੇ ਇੱਦਾਂ ਜੀ ਜੈਸੇ ਅਸੀਂ ਇੱਥੇ ਮੈਂ ਪ੍ਰਧਾਨ ਵੀ ਗੁਰਦੁਆਰਾ ਸਾਹਿਬ ਗੁਰੂ ਰਵਿਦਾਸ ਮੰਦਰ ਦਾ ਜੀ ਅਸੀਂ ਆਪਣੀ ਕਮੇਟੀ ਵੱਲੋਂ ਜੀ ਮਤਲਬ ਇਹ 1.25 ਲੱਖ ਦੀ ਮਤਲਬ ਥੈਲੀ ਬਣਾ ਕੇ ਨਾ ਜੀ ਉਹ ਘਰ ਘਰ ਜਿੱਥੇ ਜ਼ਿਆਦਾ ਗਰੀਬ ਸੀ ਉਹਨਾਂ ਦੇ ਮਤਲਬ ਘਰਾਂ 'ਚ ਗਈਆਂ ਜੀ ਉਹ ਤੋਂ ਬਾਅਦ ਸਾਨੂੰ ਗੌਰਮੈਂਟ ਨੇ ਵੀ ਰਾਸ਼ਨ ਦਿੱਤਾ ਜੀ ਅਤੇ ਸਾਡੇ ਮਤਲਬ ਵੀਰ ਇੱਕ ਬਾਹਰੋਂ ਆਇਆ ਸੀ NIR ਜੀ ਉਹਨੇ ਸਾਨੂੰ 2.5-3 ਲੱਖ ਰੁਪਏ ਦਿੱਤਾ ਪਿੰਡ ਵਿੱਚੋਂ 4 ਲੱਖ ਰੁਪਏ ਇਕੱਠਾ ਕੀਤੇ ਜੀ ਅਸੀਂ 1.5 ਮਹੀਨਾ ਲੰਗਰ ਬਣਾ ਕੇ ਜੀ ਡੈਲੀ ਤਾਜ਼ਾ ਲੰਗਰ ਬਣਾ ਕੇ ਘਰ ਘਰ ਅਸੀਂ ਸਪਲਾਈ ਕੀਤਾ ਜੀ ਲੋਕਡਾਊਨ ਦੇ ਵਿੱਚ ਜੀ ਕਦੇ ਕਦੇ ਘਰ ਨੂੰ ਬਣਿਆ ਜੀ ਇਹ ਵੀ ਮਹਿੰਗਾਈ ਬਹੁਤ ਆ ਜੀ ਸਾਰਿਆਂ ਲਈ ਔਖੀ ਗੱਲ ਆ ਜੀ ਮਹਿੰਗਾਈ ਦੀ ਥੋੜ੍ਹੀ ਜਿਹੀ ਠੱਲ ਪਈ ਆ ਵੀ ਦਿਹਾੜੀ ਬਦਲਣੀ ਚਾਹੀਦੀ ਆ ਜੀ ਬਾਕੀ ਗਰੀਬ ਜਨਤਾ ਜਿਹੜੀ ਹੈਗੀ ਉਹਨਾਂ ਦਾ ਬਿਲਕੁਲ ਗੌਰਮੈਂਟ ਸੋਚਣਾ ਚਾਹੀਦਾ ਜੀ ਜਿੱਦਾਂ ਹੁਣ ਕਈਆਂ ਵਿਚਾਰਿਆਂ ਨੇ ਅੱਗੇ ਗੌਰਮੈਂਟ ਦਾਣੇ ਦੇ ਰਹੀ ਆ ਜੀ ਉਹਨਾਂ ਦੇ ਆਧਾਰ ਕਾਰਡ ਜਿੱਦਾਂ ਰਾਸ਼ਨ ਘੱਟ ਘੱਟ ਹੋਇਆ ਜੀ ਉਹ ਕਾਰਡ ਵੀ ਜਲਦੀ ਬਣਨੇ ਚਾਹੀਦੇ ਆ ਜਿਨ੍ਹਾਂ ਦੇ ਗਰੀਬਾਂ ਦੇ ਨਹੀਂ ਬਣੇ ਜੀ ਉਹ ਵੀ ਬਣਨੇ ਚਾਹੀਦੇ ਆ ਜੀ ਇਹ ਤਾਂ ਇੱਦਾਂ ਜੀ ਅਸੀਂ ਮਤਲਬ ਪੰਜਾਬ ਗੌਰਮੈਂਟ ਤੋਂ ਸੈਂਟਰ ਗੌਰਮੈਂਟ ਨੂੰ ਇਹੀ ਮੰਗ ਕਰਦੇ ਹਾਂ ਜੀ ਜਿੱਦਾਂ ਡੈਂਟਰੀਆਂ ਲਾਈਆਂ ਜਾਣ ਜਾਂ ਮਤਲਬ ਫੈਕਟਰੀਆਂ ਲਾਈਆਂ ਜਾਣ ਜੀ ਉਹਦੇ ਵਿੱਚ ਕੋਈ ਵੀ ਬੱਚਾ ਵਿਹਲਾ ਰਹੇ ਆਪਣੇ ਆਪਣੇ ਕੰਮਾਂ 'ਤੇ ਜਾਣ ਜੀ ਅਤੇ ਤਨਖਾਹਾਂ ਵੀ ਜਿੱਦਾਂ ਵਧੀਆ ਮਿਲਣੀਆਂ ਚਾਹੀਦੀਆਂ ਜੀ ਉਹਨਾਂ ਵੀ 5-7 ਹਜ਼ਾਰ ਰੁਪਏ ਤਨਖਾਹ ਮਿਲੇ ਜੀ ਉਹ ਘਰ ਦਾ ਗੁਜ਼ਾਰਾ ਵੀ ਨਾ ਹੋਏ ਜੀ ਉਹਦਾ ਅਤੇ ਇਹ ਅਸੀਂ ਮਤਲਬ ਪੰਜਾਬ ਗੌਰਮੈਂਟ ਸੈਂਟਰ ਗੌਰਮੈਂਟ ਨੂੰ ਬੇਨਤੀ ਕਰਦੇ ਹਾਂ ਜੀ ਇਹਦੇ ਵੱਲ ਗਰੀਬ ਜਨਤਾ ਵੱਲ ਜਲਦ ਤੋਂ ਜਲਦ ਸੋਚਿਆ ਜਾਵੇ ਇਹਦਾ ਹੱਲ ਕੀਤਾ ਜਾਵੇ ਜੀ।